ਪੱਠੇ ਪੈ ਚੁੱਕੇ ਆ ਤੇ ਲੱਗੇ ਆ ਪਾਉਣ ਫੀਡ ਤੇ ਫੀਡ ਪਾ ਕੇ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ, ਤੇ ਵੀਡੀਓ ਦੀ ਕਰਦੇ ਆ ਸ਼ੁਰੂਆਤ ਫਿਰ। ਤੇ ਅੱਜ ਦਾ ਵਿਸ਼ਾ ਆ ਬੇਹੱਦ ਗੰਭੀਰ, ਤੇ ਤੁਹਾਨੂੰ ਦੱਸਦੇ ਆ ਗੱਲ ਕੀ ਹੋਈ ਆ। ਤੇ ਆਪਣੇ ਕੋਲ ਆ ਚੈਨ ਕੁੱਪੀ, ਤੇ ਲਾਉਣਾ ਸੀ ਆਪਾਂ ਆਲੂਆਂ ਨੂੰ ਪਾਣੀ, ਤੇ ਬਾਕੀ ਦਿਖਾਉਂਦੇ ਆ ਕੀ ਚੱਕਰ ਪਿਆ ਆਪਣੇ ਨਾਲ। ਚੱਲਦੇ ਆ ਫਿਰ ਅਗਲੀ ਮੋਟਰ ਤੇ, ਆ ਜਾਓ ਫਿਰ। ਚੱਲ ਪਿਆ ਫਿਰ ਆਪਾਂ ਅਗਲੀ ਮੋਟਰ ਤੇ, ਤੁਹਾਨੂੰ ਦਿਖਾਉਂਦੇ ਉੱਥੇ ਆਪਣੇ ਨਾਲ ਕੀ ਵਾਪਰੀ ਆ ਘਟਨਾ। ਆਪਣੀ ਜਿਪਸੀ ਆਲ ਰਾਊਂਡਰ ਆ, ਤੇ ਪਹੁੰਚ ਗਿਆ ਆਪਾਂ ਮੋਟਰ ਤੇ ਫਿਰ। ਤੇ ਇੱਥੇ ਦੀ ਦਿਖਾਉਂਦੇ ਆ ਤੁਹਾਨੂੰ ਕੀ ਚੱਕਰ ਚੱਲਿਆ। ਪਹਿਲਾਂ ਲਾ ਲਈਏ ਚੈਨ ਕੁੱਪੀ, ਫਿਰ ਦੱਸਦੇ ਆ ਗੱਲਬਾਤ ਕੀ ਹੋਈ। ਅੰਦਰ ਹੋ ਜਾ ਫਿਰ। ਮੈਂ ਅੰਦਰ ਚੱਲ ਹੋਈ ਹਾਂਜੀ ਗੱਲ ਹੋਈ ਆ ਇਹ ਵੀ ਆਹ ਤੁਸੀਂ ਦੇ ਸਕਦੇ ਜੇ ਇਹ ਚੋਰਾਂ ਦੀਆਂ ਕਰਤੂਤਾਂ ਵੀ ਤੁਸੀਂ ਬਾਹਰ ਛੱਡ ਜਾਓ ਮਾਸਾ ਮੋਤੀ ਕੇਵਲ ਕਿਤੇ ਬਾਹਰੋਂ ਬਾਹਰ ਲਾ ਲਈਏ ਆਪਾਂ ਤੇ ਕੰਜਰਾਂ ਨੇ ਅੰਦਰ ਹੀ ਸੁੱਟਤੀ ਆ ਤੇ ਹੁਣ ਇਹਨੂੰ ਚੈਨ ਕੁੱਪੀ ਦੇ ਨਾਲ ਚੌਕੇ ਦੇ ਵਿੱਚੋਂ ਤਾਰ ਕੱਢਾਂਗੇ ਬਾਕੀ ਅੰਦਰੋਂ ਦਿਖਾਉਣਾ ਤੇ ਆਹ ਅੰਦਰੋਂ ਇੱਥੋਂ ਕੱਟੀਆਂ ਤਾਰਾਂ ਤੇ ਲਾਉਣਾ ਸੀ ਆਲੂਆਂ ਨੂੰ ਪਾਣੀ ਤੇ ਅੱਗੇ ਆਹ ਕੰਮ ਹੋਇਆ ਪਹਿਲਾਂ ਵੀ ਇੱਕ ਵਾਰੀ ਲਾ ਕੇ ਖੜੀ ਸੀ ਤੇ ਉਦੋਂ ਕੁਝ ਫਿਰ ਓਦਾਂ ਹੀ ਲਾਤੀ ਤੇ ਪਰ ਉਦੋਂ ਇਹੀ ਚੋਰ ਚੰਗੇ ਸੀ ਮੈਨੂੰ ਲੱਗਦਾ ਤੇ ਬਾਹਰ ਛੱਡ ਗਏ ਸੀ ਤੇ ਬਾਹਰੋਂ ਬਾਹਰ ਲੱਗ ਗਈ ਸੀ ਤੇ ਹੁਣ ਇਹਨੂੰ ਆਪਾਂ ਥੱਲੇ ਥੱਲੇ ਦੱਬ ਕੇ ਤੇ ਫਿਰ ਲੈ ਕੇ ਜਾਵਾਂਗੇ ਅੰਦਰ ਤਾਂ ਕਿ ਅੱਗੇ ਤੋਂ ਥੋੜਾ ਜਿਹਾ ਸੇਫਟੀ ਹੋ ਸਕੇ ਤੇ ਚਲੋ ਫਿਰ ਕਰਦੇ ਆ ਕੰਮ ਕਾਰ ਚਾਲੂ ਤੇ ਕਰਦੇ ਆ ਮੁੰਡੇ ਨੇ ਡੰਡੇ ਖੜੇ ਤੇ ਬਾਕੀ ਆਹ ਤਿੰਨ ਵੀ ਨਾਲ ਲਾਉਣੇ ਆ ਹਾਂ ਆਹੋ ਇਹ ਨਹੀਂ ਇਹ ਇੱਕ ਉਹਦੇ ਵਿੱਚ ਪਾ ਇਹਦੇ ਵਿੱਚ ਇਹਨਾਂ ਨੂੰ ਲਾ ਲਈਏ ਡੰਡੇ ਫੜੀਏ ਫੇਰ ਵਿੰਨੇ ਆਹੋ ਥੱਲੇ ਇਹਨੂੰ ਤਾਂ ਥੱਲੇ ਰੱਖ ਆ ਫੜ ਪਹਿਲਾਂ ਮਾੜਾ ਮਾੜਾ ਸੈੱਟ ਕਰ ਲਈਏ ਫਿਰ ਉਹ ਲਾ ਲਈਏ ਦੂਜਾ ਉਹ ਚੋਰਾਂ ਦੀ ਕਰਤੂਤ ਕਰਕੇ ਆ ਕੁਝ ਕਰਨਾ ਪੈਣ ਡਿਆ ਇਹ ਹੈ ਸਾਡੇ ਪਿੰਡ ਦੇ ਹੀ ਆ ਸਿੱਧੀ ਜਿਹੜੀ ਗੱਲ ਆ ਚਾਰ ਪੰਜ ਮੋਟਰਾਂ ਤੋਂ ਇਹਨਾਂ ਨੇ ਕੇਬਲਾਂ ਲਾਈਆਂ ਨਸ਼ਿਆਂ ਦੀ ਮੰਡੀਰ ਮਾਰੀ ਆ ਤੇ ਬਾਅਦ ਚ ਜਦੋਂ ਪੈਸਿਆਂ ਦੀ ਕਮੀ ਹੁੰਦੀ ਆ ਤੇ ਫਿਰ ਆਹ ਕੰਮ ਕਰਦੀ ਆ ਤੇ ਸਾਡੇ ਅਰਗੇ ਫਿਰ ਫਸ ਜਾਂਦੇ ਇਸ ਤਰ੍ਹਾਂ ਹੀ ਸਾਨੂੰ ਕੀ ਲੋੜ ਸੀ ਆਪਾਂ ਅੱਗੇ ਲੈਣ ਦੀ ਮਜ਼ੇ ਨਾਲ ਪਾਣੀ ਲਾਉਣਾ ਸੀ ਕੱਲ ਦਾ ਪਾਣੀ ਲੱਗ ਜਾਣਾ ਸੀ ਸਾਡਾ
ਸਾਡਾ ਪਾਣੀ ਵੀ ਇੱਕ ਦਿਨ ਲੇਟ ਹੋਇਆ। ਚੱਲ ਹਵੀ ਚੱਕਦਾ, ਇਹਦੇ ਵਿੱਚ ਪਾ ਨਾ ਆਪਣੇ ਪੈਰ ਦੇ ਵਿੱਚ ਫਰਦੇ, ਤੇ ਉਹ ਪਰੇ ਨੂੰ ਕਰ ਦਾਂਗੇ ਨਾ। ਉਹਤੇ ਚੱਲ ਇਹ ਜ਼ਿਆਦਾ ਹਟਮਾ ਹੋਏ ਨਾ, ਚੱਲ ਪਰੇ ਨੂੰ ਕਰਦੇ ਇਹਦੇ ਵਿੱਚ ਬਾਈ। ਆਹੋ ਉਹ ਚ ਪਾ ਦੇ, ਨੁੱਕਰ ਚਲਾ ਦੇ ਨੁੱਕਰ ਚ। ਦੂਜੇ ਰੋਹ ਲੰਮੇ ਰੋਹ ਲਾ, ਲੰਮੇ ਰੋਹ ਹਾਂ ਇੱਦਾਂ ਲੱਗਦਾ। ਤੁਰਦਾ ਹੀ ਨੀ ਕਿਸੇ ਬੰਨੇ, ਹਾਂ ਹੁਣ ਠੀਕ ਆ। ਤੁਰਦਾ ਨੀ ਆ, ਨਹੀਂ ਤੁਰਨ ਡਿਆ ਵਾ, ਹੋਈ ਨੀ ਕਰੂਗਾ ਤਪਸ ਹੋਈ ਹੋਈ। ਉਧਰੋਂ ਲੱਗਦਾ ਚੈਨ ਕੁਪੀ ਵੀ ਖਰਾਬ ਨਿਕਲੀ ਆ, ਖਿੱਚਣ ਲੱਗਦਾ ਗਲਤ ਡੇ। ਚੱਲ ਚੱਲ ਪੀ ਆ, ਹਾਂਜੀ ਮਿੱਤਰੋ ਚੱਲ ਪੀ ਆ ਚੈਨ ਕੁਪੀ, ਤੇ ਦੁਬਾਰਾ ਲਾ ਦਿੰਦੇ ਹੁਣ, ਕੁਝ ਅੜਿਆ ਸੀ ਵਿੱਚ। ਥੋੜਾ ਲੱਗ ਗਾ ਇਹਨੂੰ, ਕਰ ਹੋਰ ਗਾਂ ਕਰਤਾ ਕਰ ਕਰਤਾ ਹੈ ਇਧਰੋਂ ਖਿੱਚ ਪਈ ਦੋ ਢਿੱਲ ਕਰਾਂ ਥੋੜਾ ਤੈਨੂੰ ਇੱਥੇ ਠੀਕ ਹੀ ਠੀਕ ਕਾਰ
ਨੀਵੀਂ ਆ ਮਾਰਾ ਟਰਚ ਇਹਦੇ ਦੀਦੀ ਨੀ ਕੁੰਡੀ ਜੀ ਅੰਦਰ ਵੇਖ ਅੰਦਰ ਪਿਆ ਰੱਸੀ ਹੋਵੇ ਨਾ ਖਾਣੀ ਗੰਢ ਜੀ ਵੱਜ ਗਈ ਜੇ ਤਾਂ ਖਿੱਚਣੀ ਕੱਸੀ ਜਾਵੇ ਉਹ ਨਹੀਂ ਨਹੀਂ ਖਾਣੀ ਕਿੱਥੇ ਗੰਢ ਲੱਗੀ ਥੋੜਾ ਗਾਂ ਚੁੱਕਦੇ ਹੱਥ ਪੈ ਜਾਣਾ ਵਿੱਚ ਆ ਜਾਣੀ ਫੜੀ ਮੈਂ ਲੱਭ ਕੇ ਲਿਆਉਣਾ ਕੁਝ ਤੇ ਹਾਂਜੀ ਦੋਸਤੋ ਤੇ ਮੋਟਰ ਆ ਚੁੱਕੀ ਆ ਤਾਂ ਤੇ ਤੁਹਾਨੂੰ ਦਿਖਾਉਂਦੇ ਆ ਤਾਰ ਥੱਲੇ ਉਹ ਦੇਖ ਸਕਦੇ ਤੁਸੀਂ ਸ਼ਾਇਦ ਹਾਂਜੀ ਉਹ ਦੇਖੋ ਸਾਹਮਣੇ ਇੰਨੀ ਡੂੰਘੀ ਤਾਰ ਆ ਤੇ ਇਹਨੂੰ ਆਪਾਂ ਇਹ ਹੋਰ ਇਹਦੇ ਵਿੱਚ ਸੇਕ ਇੱਥੇ ਕੱਢ ਲਈਏ ਥੱਲੇ ਤੇ ਉੱਥੋਂ ਫਿਰ ਬਾਹਰ ਕੱਢ ਦਿੰਦੇ ਆ ਤਾਰ ਕਿਉਂਕਿ ਕਾਫੀ ਨੀਵੀਂ ਆ ਉਹ ਤਾਂ ਨੀ ਨਾ ਚੁੱਕੀ ਜਾਂਦੀ ਉੱਥੇ ਹੀ ਕੱਟੀ ਆ ਉਹ ਦੇਖ ਸਕਦੇ ਤੁਸੀਂ ਤਾਰ ਕੱਟੀ ਪਈ ਤੇ ਬੜੀ ਸ਼ਰਮਨਾਕ ਵਾਲੀ ਗੱਲ ਹੈ ਚੋਰਾਂ ਵਾਸਤੇ ਕਿ ਤੁਸੀਂ ਬਾਹਰ ਮਾਸਾ ਛੱਡ ਕੇ ਤੁਹਾਨੂੰ ਉੱਥੇ ਕੀ 50 ਰੁਪਈਆਂ ਦਾ ਖੱਟ ਪੈ ਜਾਂਦਾ 50-100 ਰੁਪਈਆ ਉਸ ਤਰ੍ਹਾਂ ਹੀ ਲੈ ਜਾਂਦੇ ਸਾਡੇ ਕੋਲ ਮੰਗ ਕੇ ਤੇ ਤੁਹਾਨੂੰ ਦੇ ਦਿੰਦੇ ਪਰ ਆਹ ਕੰਮ ਤਾਂ ਨਾ ਕਰਦੇ ਜਿਹੜੀ ਸਾਨੂੰ ਆਹ ਇੰਨਾ ਹੁਣ ਕਪਾਹ ਕਰਨਾ ਪੈਣ ਡਿਆ ਤੇ ਆਹੋ ਆ ਗਈ ਆ ਹੁਣ ਇਹਦੇ ਵਿੱਚ ਏਦਾਂ ਕਰਦੇ ਆ ਵੀ ਇੱਥੇ ਆਪਾਂ ਕੱਢ ਦਾਂਗੇ ਛੇਕ ਥੱਲੇ ਤੇ ਇੱਥੋਂ ਆਪਾਂ ਕੱਢਾਂਗੇ ਬਾਹਰ ਤੇ ਆਹ ਤਾਰ ਇੱਥੋਂ ਇੱਥੇ ਬੰਨਦੇ ਗੰਢ ਮਾਰਦੇ ਮੜੀ ਗੰਢ ਮਾਰਦੇ ਸੇਫ ਹੁੰਦਾ ਕੋਈ ਖਿਸਕ ਨਾ ਜਾਵੇ ਕਿਤੇ ਤੇ ਇੱਥੋਂ ਦਾ ਹੁਣ ਹੋ ਗਿਆ ਆਪਾਂ ਕੰਮ ਤੇ ਤਾਰ ਤੂਰ ਮਿਲ ਲਈ ਆ ਤੇ ਚੈੱਕ ਹੋ ਗਈ ਆ ਵੀ ਕਿੰਨਾ ਕੁ ਆਪਾਂ ਨੂੰ ਚਾਹੀਦੀ ਆ ਤੇ ਹੁਣ ਤਾਰ ਚੱਲਿਆ ਲੈਣ ਤੇ ਲਿਆ ਕੇ ਤੇ ਇਹਦਾ ਜੋੜ ਲਾ ਕੇ ਤੇ ਫਿਰ ਇਹਨੂੰ ਕਰਾਂਗੇ ਥੱਲੇ ਲੈਣ ਤਾਰ ਤੇ ਤੁਸੀਂ ਅੱਜ ਤੁਸੀਂ ਚੈੱਕ ਕਰੋ ਕਿੱਦਾਂ ਚੱਲਦੀ ਖੇਤਾਂ ਦੇ ਵਿੱਚ ਆਲ ਰਾਊਂਡਰ ਤੇ ਤਾਰ ਆਪਾਂ ਲਿਆ ਚੁੱਕੇ ਆ ਟਾਲੀ ਸਾਹਿਬ ਤੋਂ ਤੇ ਜੋ ਕਿ ਮਿਲੀ ਆਪਾਂ ਨੂੰ 50 ਰੁਪਏ ਫੁੱਟ ਤੇ ਯਾਨੀ ਕਿ ਸਿੱਧਾ ਹੀ 2-2.5 ਹਜ਼ਾਰ ਦਾ ਨੁਕਸਾਨ ਕਰਾਤਾ ਚੋਰਾਂ ਨੇ ਤੇ ਹੁਣ ਆਪਾਂ ਫਾਰਮ ਦੇ ਵਿੱਚ ਤੇ ਲੱਗੇ ਆ ਪੱਠੇ ਪੈ ਚੁੱਕੇ ਆ ਤੇ ਲੱਗੇ ਆ ਪਾਉਣ ਫੀਡ ਤੇ ਫੀਡ ਪਾ ਕੇ ਫਿਰ ਨਾਲੇ ਇੱਥੋਂ ਇੱਕ ਲੈ ਕੇ ਜਾਵਾਂਗੇ ਬੰਦਾ ਉੱਥੇ ਅਗਲੀ ਮੋਟਰ ਤੇ ਤੇ ਉੱਥੇ ਜਾ ਕੇ ਫਿਰ ਤਾਰ ਗੰਢ ਕੇ ਤੇ ਬੱਤੀ ਵੀ ਤਕਰੀਬਨ ਆਉਣੀ ਵਾਲੀ ਆ ਤੇ ਬੱਤੀ ਤੋਂ ਪਹਿਲਾਂ ਆਪਾਂ ਜਿਹੜਾ ਤਾਰ ਦਾ ਕੰਮ ਨਿਬੇੜ ਦੇਣਾ ਤੇ ਫਿਰ ਲਾਉਣਾ ਪਾਣੀ ਆਲੂਆਂ ਨੂੰ ਤੇ ਬਾਕੀ ਦਾ 1.5 ਕਿੱਲਾ ਅਜੇ ਵਿੱਚ ਅੜਿਆ ਕੰਮ ਉਹਦਾ ਵੀ ਅੱਜ ਆਊਗਾ ਤੇ ਉਹਦਾ ਖਿੱਚਾਂਗੇ ਕੰਮ ਤੇ ਬਾਕੀ ਜਿਹੜਾ 1 ਕਿੱਲਾ ਪਹਿਲਾਂ ਦਾ ਪੂਰਾ ਕੰਪਲੀਟ ਆ ਤੇ ਉਹਨੂੰ ਲਾ ਦਾਂਗੇ ਪਾਣੀ ਤੇ ਫੀਡ ਆਪਾਂ ਪਾ ਚੁੱਕੇ ਹਾਂ ਤੇ ਮਗਰ ਪੰਜੇ ਦੇ ਨਾਲ ਕਰਤੇ ਲੱਗੇ ਆ ਮਿਕਸ ਦੇ ਸਕਦੇ ਪੂਰਾ ਐਂ TMR ਕਰਕੇ ਹੀ ਇਹਨਾਂ ਨੂੰ ਖਵਾਈਦੀ ਆ ਫੀਡ ਤੇ ਆਪਾਂ ਚੱਲਦੇ ਹਾਂ ਅਗਲੀ ਮੋਟਰ ਤੇ ਹਾਂਜੀ ਤੇ ਆ ਚੁੱਕੇ ਹਾਂ ਆਪਾਂ ਮੋਟਰ ਦੇ ਉੱਪਰ ਤੇ ਆ ਤਾਰ ਵੀ ਆਪਾਂ ਲਿਆ ਚੁੱਕੇ ਹਾਂ ਤੇ ਇਹਨੂੰ ਹੁਣ ਆਪਾਂ ਟੋਆ ਪੁੱਟ ਕੇ ਲਿਆਵਾਂਗੇ ਬਾਕੀ ਉੱਥੇ ਗੱਲ ਚੱਲਣ ਡੀ ਸੀ ਕਿ ਟੋਆ ਪੁੱਟ ਕੇ ਤੇ ਤਾਰ ਕੱਢ ਕੇ ਲੈ ਜਾਂਦੇ ਆ ਤੇ ਕੀ ਕੀਤਾ ਜਾਵੇ ਹੁਣ ਤਾਰ ਤੇ ਪਾਉਣੀ ਪੈਣੀ ਆ ਤਾਰ ਤੋਂ ਬਿਨਾਂ ਤੇ ਬਲੂਟੂਥ ਨਾਲ ਤੇ ਮੋਟਰ ਚਲਾ ਨਹੀਂ ਲੈਣੀ ਹੁਣ ਤੇ ਇਸ ਕਰਕੇ ਕਰਦੇ ਆ ਇੰਨਾ ਕੁ ਤੇ ਕਰਾਂਗੇ ਜੁਗਾੜ ਤੇ ਹੁਣੇ ਮੇਰੀ ਇੱਕ ਹੋਰ ਗੱਲ ਧਿਆਨ ਚ ਆਈ ਉਦੋਂ ਤੇ ਧਿਆਨ ਨਹੀਂ ਦਿੱਤਾ ਜਦੋਂ ਲਾਉਣ ਲੱਗਾ ਸੀ ਤਾਰ ਤੇ ਜਿਹੜੀ ਸਟਾਰਟਰ ਤੋਂ ਗਰੀਪਾਂ ਤੋਂ ਸਟਾਰਟਰ ਤੱਕ ਜਾਂਦੀ ਆ ਉਹ ਵੀ ਵੱਡਤੀ ਆ ਆਹ ਦੇਖ ਸਕਦੇ ਇੱਥੋਂ ਲੈ ਕੇ ਇੱਧਰ ਕਿੰਨੀ ਕੁ ਤਾਰ ਹੁੰਦੀ ਕਿਤੇ ਮਹਾ 1.5 ਫੁੱਟ ਹੁੰਦੀ ਆ ਤੇ ਉਹ ਵੀ ਵੱਢ ਕੇ ਲੈ ਗਏ ਵੱਖਰੀ ਤੇ ਹੁਣ ਇਹਦਾ ਵੀ ਵੱਖਰਾ ਹੀ ਕਰਨਾ ਪੈਣਾ ਵੱਖਰੀ ਛਿਲਣੀ ਛੁਲਣੀ ਪੈਣੀ ਆ ਤੇ ਤੁਸੀਂ ਇਹ ਤੇ ਲੱਗੀ ਰਹਿਣ ਤੋਂ ਬਾਕੀ ਚਲੋ ਜਿਹੜੀ ਲੰਮੀ ਲੰਮੀ ਖੜੀ ਆ ਇੱਥੋਂ ਦੇ ਸਕਦੇ ਤੇ ਕਾਹ ਟੱਕ ਦੋਵਾਂ ਤਾਵਾਂ ਤੋਂ ਹੀ ਤਾਂ ਇੰਨੀ ਕੁ ਤਾਰ ਛੱਡ ਕੇ ਗਏ ਆ ਤੇ ਪੁੱਟਤਾ ਵਾ ਟੋਆ ਤੇ ਥੱਲੇ ਆਪਾਂ ਕੱਢ ਕੇ ਛੇਕ ਪੈਪ ਦੇ ਤੇ ਉਹਦੀ ਕੱਢ ਲਈ ਆ ਤਾਰ ਆਪਾਂ
ਤੇ ਹਾਲਾਂਕਿ ਥੋੜਾ ਜਿਹਾ ਆਪਾਂ ਖਿੱਚਿਆ ਸੀ ਤੇ ਤਾਰ ਤਾਂ ਨਿਕਲ ਆਈ ਸੀ ਤੇ ਜਾਨੀ ਕਿ ਉੱਤੋਂ ਹੀ ਵੱਡੀ ਸੀ ਉਹ ਜਿਹੜੀ ਪਹਿਲੀ ਧਾਰਨਾ ਸੀ ਉਹ ਗਲਤ ਹੋ ਗਈ ਤੇ ਆ ਇੱਥੇ ਆਣ ਕੇ ਫਿਰ ਜੋੜ ਪਾ ਤਾ ਆਪਾਂ ਤੇ ਹੁਣ ਇਹਨੂੰ ਆਪਾਂ ਅੱਗੇ ਨੱਪ ਕੇ ਤੇ ਫਿਰ ਇੱਧਰ ਤੋੜ ਹੀ ਲੈ ਜਾਵਾਂਗੇ ਅੰਦਰ ਨੀਹਾਂ ਦੇ ਥੱਲਿਓਂ ਦੀ ਤੇ ਬਸ ਇਹ ਆ ਵੀ ਕੋਈ ਵੀਡੀਓ ਕੋਈ ਬੰਦਾ ਫੇਰ ਨਾ ਹੁਣ ਵੇਂਦਾ ਹੋਵੇ ਇਹੋ ਜਿਹਨੇ ਕੰਮ ਕੀਤਾ ਤੇ ਥੱਲਿਓਂ ਦੀ ਨੱਪ ਕੇ ਅੰਦਰ ਲੈ ਜਾਵਾਂਗੇ ਤੇ ਤਾਰ ਲਓ ਜੀ ਲੱਗ ਗਈ ਆ ਤਾਰਾਂ ਤੇ ਚੱਲ ਪਏ ਲੱਗੀ ਆ ਮੋਟਰ ਉਹ ਮੋਟਰ ਚੱਲ ਪਈ ਆ ਚੱਲ ਪਈ ਮੋਟਰ ਤੇ ਵੀਡੀਓ ਦਾ ਕਰਦੇ ਹਾਂ ਐਂਡ ਫਿਰ ਤੇ ਲਾ ਤਾ ਅੱਗ ਪਾਣੀ ਤੇ ਮਿਲਦੇ ਹਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਬੈਲ ਆਈਕਨ ਬਟਨ ਦਬਾਉਣਾ ਮਤ ਭੁੱਲਣਾ ਧੰਨਵਾਦ।